ਕਿਉਂਕਿ ਬੀਜਣ ਵਾਲਾ ਰਿਜ਼ਲਟ ਪੁੱਛਦੇ ਆ। ਮੁੰਡੇ ਦਾ ਤਕਰੀਬਨ ਹੈਗਾ ਜੀ 40-45 ਮਹੀਸਾਂ ਦਾ ਫਾਰਮ ਹੈ ਦਾ। ਓਕੇ ਆਪਣੇ ਪਿੰਡ ਚ ਹੀ ਆ, ਮਤਲਬ ਆਪਣੇ ਬਹੁਤ ਵਧੀਆ ਦੋਸਤ ਹੈ। ਠੀਕ ਹੈ ਜੀ। ਇਹਨਾਂ ਨੇ ਪਿਛਲੇ ਆ ਡਰਦਿਆਂ ਨੇ ਬੀਜੀ ਸੀ ਵੀ ਮੱਕੀ ਨਾਲੋਂ ਇਹਦਾ ਝਾੜ ਨਾ ਘੱਟ ਹੋਵੇ ਜਾਂ ਮੱਕੀ ਮਤਲਬ ਵੀ ਤੇ ਝਾੜ ਦਾ ਝਾੜ ਦਾ ਕੋਈ ਅੱਜ ਕਿਵੇਂ ਗੇੜਾ ਵੱਜ। ਅੱਜ ਮੈਂ ਹੈ ਬਰਨਾਗ ਦੇ ਨਾਂ ਤੇ ਇਧਰ ਸਾਰੇ ਘਰਾਂ ਚ ਗੇੜੇ ਪੈ ਜਾਂਦੇ ਫਿਰਦੇ। ਉਹ ਤਾਂ ਤੁਸੀਂ ਆਉਂਦੇ ਨਹੀਂ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਆ, ਕਾਇਮ ਆ ਜੀ, ਸਿਹਤਾਂ, ਹੋਰ ਸੁਣਾਓ। ਤਾਂ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਸਹਿਣੇ ਆ ਨਾਜੀ ਦੇ ਫਾਰਮ ਤੇ ਡਾਕਟਰ ਦੇ ਤੇ। ਮੈਂ ਕਿਹਾ ਚਲੋ ਅੱਜ ਤੁਹਾਨੂੰ ਇਹ ਵੀ ਕਾਫੀ ਸ਼ੌਂਕ ਜਿਹੜੇ ਪਾਲਦਾ ਤਾਂ ਸ਼ੌਂਕ ਦੇ ਨਾਲ ਨਾਲ ਹੋਰ ਵੀ ਇਹਦੇ ਨਾਲ ਗੱਲਾਂ ਬਾਤਾਂ ਕਰਾਂਗੇ। ਤਾਂ ਅੱਜ ਪਹੁੰਚੇ ਸੀਗੇ ਇਹਦੇ ਫਾਰਮ ਤੇ, ਇਧਰਲੇ ਪਾਸੇ ਫਾਰਮ ਹੈ ਤੇ ਇਧਰਲੇ ਪਾਸੇ ਇਹਦੀ ਰਹਿਸ ਹੈ। ਤਾਂ ਜਾਨਵਰ ਦੇਖ ਕੇ ਬਾਕੀ ਜਿਵੇਂ ਮੰਨ ਲਾ ਵਰਬਰੀ ਤੋਂ ਲਾ ਕੇ ਹੋਰ ਕਾਫੀ ਚੀਜ਼ਾਂ ਜਿਹੜੀਆਂ ਸ਼ੌਂਕ ਦੇ ਨਾਲ ਨਾਲ ਬਹੁਤ ਚੰਗੀਆਂ ਚੀਜ਼ਾਂ ਰੱਖੀਆਂ ਹੋਈਆਂ ਸਾਰੀਆਂ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਆਪਾਂ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ। ਤਾਂ ਕੀ ਹਾਲ ਆ ਨਾ ਜੀ ਬਾਈ? ਬਹੁਤ ਵਧੀਆ ਕਹਿਮ ਹੈ। ਤਾਂ ਹੋਰ ਸਭ ਠੀਕ ਹੈ? ਹਾਂਜੀ ਹਾਂ। ਤਾਂ ਕੀ ਬਣਦਾ ਅੱਜ ਕੱਲ੍ਹ ਫਿਰ ਫਾਰਮ ਦਾ ਕੰਮ? ਬਸ ਕਣਕ ਦੀ ਤਿਆਰੀ ਆ, 20 ਦਿਨਾਂ ਨੂੰ ਵੱਢੀ ਜਾਊਗੀ, ਬਾਕੀ ਬਿਜਾਂਦ ਕਰ ਰਹੇ ਹਾਂ ਬਰਕਾਈ ਸਾਰਗੋ ਦੀ। ਅੱਛਾ। ਅਸੀਂ ਬੀਜ ਮੰਗਵਾਇਆ ਸੀਗਾ ਆਪਾਂ, ਹਾਂ, ਤੇ ਉਹਦੀ ਬਿਜਾਂਦ ਦਾ ਕਰ ਰਹੇ ਹਾਂ ਤਿਆਰੀ। ਅੱਛਾ। ਕੁਛ ਬਣ ਵਿਹਲਾ ਹੋ ਗਿਆ ਸੀਗਾ ਆਲੂਆਂ ਵਾਲਾ, ਹਾਂ, ਤੇ ਉਹ ਚ ਬੀਜਦੇ ਆ, ਉਹ ਜ਼ਮੀਨ ਵਾਲਾ ਸੀਗਾ 2 ਕਿੱਲੇ ਬਣਦੇ ਸੀ। ਓਕੇ, ਆਪਾਂ ਝੋਟੀਆਂ ਵੀ ਪਹਿਲਾਂ ਦਿਖਾ ਕੇ ਆ ਗਏ, ਨਾਲੇ ਆਪਾਂ ਉਹਦੇ ਬਾਰੇ ਕਰਦੇ ਆ। ਅੱਛਾ, ਪਸ਼ੂਆਂ ਚ ਮਾਰ ਲੈਂਦੇ ਬਾਈ ਪਹਿਲਾਂ ਆਪਾਂ ਗੇੜਾ। ਤਾਂ ਜਿਹੜਾ ਉਹ ਦੂਜਾ ਆਪਣਾ ਨਾ ਜੀ ਬਾਈ, ਹਾਂਜੀ, ਤਾਂ ਇਹ ਜਿਵੇਂ ਤੂੰ ਵੀ ਚੱਲ ਚਾਰ ਬੀਜਦਾ ਰਿਹਾ, ਮੈਂ ਵੀ ਅੱਜ ਆਏ ਆ, ਆਪਾਂ 4-5 ਬੰਦੇ ਵੈਸੇ ਵੀ, ਹਨਾ। ਹਾਂ, ਤਾਂ ਜਿਹੜੀ ਚਾਰ ਦੇ ਵਿੱਚ ਜਿਵੇਂ ਤੈਨੂੰ ਸਭ ਤੋਂ ਵਧੀਆ ਕੀ ਲੱਗਿਆ ਇਹਦਾ ਬਰਕਾਈ ਸਰਗੋ ਦਾ, ਚਰੀ ਵਾਲੇ ਕੰਮ? ਬਰਕਾਈ ਆ ਮੱਝਾਂ ਨੂੰ ਆਪਣੇ ਪੈ ਰਿਹਾ ਤੇ ਗਾਵਾਂ ਨੂੰ ਮੱਕੀ ਦੇ ਨਾਲ ਮਿਕਸ ਕਰਕੇ ਪੈ ਰਿਹਾ। ਮੈਂ ਸਾਨੂੰ ਤਾਂ ਕੱਲਾ ਮੰਨ ਲਓ ਬਰਕਾਈ ਸਰਗੋ ਦੀ ਪੈਂਦਾ ਚਾਰ। ਓਕੇ, ਮੱਝਾਂ ਦੇਖ ਸਕਦੇ ਤੁਸੀਂ ਸਰੀਰ ਕੋ ਵੀ ਬੈਠੇ ਵੀ, ਆਓ ਵੀ ਕੋਈ ਐਕਸਟਰਾ ਉਟਰਾ ਫੈਂਟ ਵੀ ਨਹੀਂ ਬਣਦੀ, ਹਨਾ। ਜਿੰਨੇ ਮੰਨ ਲਓ ਬੌਡੀ ਆ ਚਾਹੀਦੀ ਉਹ ਹਿਸਾਬ ਨਾਲ ਫਿੱਟ ਆ ਗਈ, ਕੋਈ ਐਕਸਟਰਾ ਮੰਨ ਲਓ ਫਾਈਟ ਵੀ ਚੜ੍ਹਦੀ ਜ਼ਿਆਦਾ। ਬਾਕੀ ਇਹਦੇ ਵਿੱਚ ਨਾ ਵੱਡਾ ਜਿਹੜਾ ਬਰਕਾਈ ਸਾਰਗੋ ਦੇ ਵਿੱਚ ਹੈਗਾ ਜੀ ਵੀ ਉੱਲੀ ਆਲੀ ਬਹੁਤ ਘੱਟ ਆ। ਜਿਵੇਂ ਹੁਣ ਉੱਲੀ ਡਰਾਈ ਜਾਂਦੀ ਆ, ਲੋਕ ਦੁੱਧ ਲੈਣ ਤੋਂ ਵੀ ਡਰਦੇ, ਜਿਹੜੇ ਆਮ ਘਰਾਂ ਘਰਾਂ 'ਚ ਦੁੱਧ ਲੱਗਿਆ ਉਹ ਅਗਲਾ ਕਹਿੰਦਾ ਯਾਰ ਉੱਲੀ ਆ ਵੀ ਮੱਕੀ ਦੇ ਵਿੱਚ ਵੀ ਦੁੱਧ ਆਇਆ ਫਲਾਨਾ, ਉਹਦਾ ਕਰਕੇ ਮੰਨ ਲਓ ਮੈਨੂੰ 2 ਸਾਲ ਹੋ ਗਏ ਪਹਿਲਾਂ ਬੀਜਦੇ ਨੂੰ ਬਰਕਾਈ ਸਾਰ। ਮੈਨੂੰ ਵੀ 2 ਸਾਲ ਹੋ ਗਏ ਸਹੀ, ਮੇਰੇ ਵੀ ਉੱਲੀ ਯਾਰ ਜਿੱਦਾਂ ਲਫਾਫਾ ਪਾੜ ਦੇ ਕਿਤੇ ਕਹਿ ਦੇਣਾ ਤੇ ਨਹੀਂ ਉੱਲੀ ਨਹੀਂ ਹੁੰਦੀ ਵਿੱਚ ਵੀ ਨਿਗਾਹ ਮਰਦਾ ਉਹ ਮੱਕੀ ਦੇ ਡੰਗਰਾਂ ਦੇ ਵਿੱਚ ਦੇਖ ਲਓ, ਮਤਲਬ ਗਾਵਾਂ ਨੂੰ ਥੋੜਾ ਬਹੁਤਾ ਮਰ ਲਾ ਕੇ ਪਾਰਨਾ ਮੱਕੀ ਦਾ। ਅੱਛਾ, ਤੇ ਮੱਝਾਂ ਨੂੰ ਬਰਕਾਈ ਸਾਰ ਗੋਦੇ ਚੱਲਦਾ। ਓਕੇ, ਬਾਕੀ ਦੁੱਧ ਪੂਰਾ ਸੋਹਣਾ ਕੱਢ ਰਹੀਆਂ ਮੱਝਾਂ, ਕੋਈ ਦੁੱਧ 'ਚ ਨਹੀਂ ਮਤਲਬ ਹੈਗੀ ਪ੍ਰੋਬਲਮ ਵੀ ਦੁੱਧ ਵਿੱਚ ਨਹੀਂ ਕੱਢਣਾ ਹੁੰਦਾ। ਓਕੇ ਓਕੇ, ਤੇ ਤਾਂ ਹੀ ਮੈਂ ਵੀ ਅੱਜ ਆਇਆ ਵਾ ਸੀ ਮਿਲਣ ਇੱਧਰ, ਹਾਂਜੀ, ਤਾਂ ਕਿਉਂਕਿ ਬਾਈ ਜੀ ਇੱਥੇ ਬਾਕੀ ਬੱਚੇ ਦੇਖ ਲਓ ਇਹਨਾਂ ਨੂੰ ਬਰਕਾਈ ਸਾਰ ਗੋਦੇ ਪੈਂਦਾ, ਆਹ ਦੇਖ ਲਓ ਤੁਸੀਂ ਛੋਟੇ ਆਓ ਵੀ ਜਿਵੇਂ ਇਹਦੇ 'ਚ ਨਾ ਪ੍ਰੋਟੀਨ ਲੈਵਲ ਵੱਧ ਹੁੰਦਾ, ਇਹਦੇ 'ਚ 10% ਹੈ। ਮੱਝਾਂ ਨੂੰ ਨਾ ਜ਼ਿਆਦਾਤਰ ਵੀਰੇ ਆਪਾਂ ਜਿਵੇਂ ਬੜੇਵੇਂ ਬੜੂਵੇਂ ਦੀ ਖਲ ਪਾਉਣੇ ਆ ਉਹ ਪ੍ਰੋਟੀਨ ਦਾ ਕਰਕੇ ਪਾਉਣਾ, ਪਰ ਪ੍ਰੋਟੀਨ ਇਹਦੇ ਵਿੱਚ ਬਹੁਤ ਜ਼ਿਆਦਾ ਬਰਕਾਈ ਸਾਰਗੋ ਦੇ ਵਿੱਚ। ਬਿਲਕੁਲ ਬਿਲਕੁਲ, ਗਰੋਥ ਬਹੁਤ ਸੋਹਣੀ ਬੱਚੇ ਦੀ, ਗਰੋਥ ਬਹੁਤ, ਬੱਚੇ ਨੂੰ ਜ਼ਿਆਦਾਤਰ ਛੋਟੇ ਨੂੰ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ। ਹਾਂ, ਤਾਂ ਦੇਖ ਲਓ ਤੁਸੀਂ ਬੱਚਿਆਂ ਦੀ ਗਰੋਥ, ਮੰਨ ਲਓ ਇਹ 6 ਮਹੀਨਿਆਂ ਦਾ ਬੱਚਾ ਹੀ ਆ ਜੇ, ਨਹੀਂ ਬਹੁਤ ਸੋਹਣਾ ਬਾਈ, ਕੱਦ ਕੁੱਦ ਬਹੁਤ ਸੋਹਣਾ, ਹਨਾ, ਤੇ ਉਹ 3 ਮਹੀਨਿਆਂ ਦੀ ਹੈ ਉਹ ਕੱਟੀ। ਓਕੇ, ਆ ਜਿਹੜੀ ਨਾਲ ਖੜੀ ਹੈ। ਹਾਂ ਬਿਲਕੁਲ ਬਿਲਕੁਲ, ਗਾਵਾਂ ਨੂੰ ਥੋੜਾ ਜਿਹਾ ਮੰਨ ਲਓ ਮੱਕੀ ਦਾ ਮੈਂ ਪਾਉਣਾ ਰਲਾ ਕੇ ਮਿਕਸ ਕਰਕੇ ਮੱਝਾਂ ਨੂੰ ਕੱਲਾ ਇਹਦੇ ਬਰਕਾਈ ਸਾਰਗੋ ਦੀ ਚੱਲਦਾ, ਕਿਉਂਕਿ ਮੱਝਾਂ ਹੈ ਨਾ ਜਿਹੜੀ ਗਾਵਾਂ ਨੂੰ ਜਿਵੇਂ ਵੱਧ એનર્ਜੀ ਦੀ ਲੋੜ ਹੈ, ਗਾਵਾਂ ਨੂੰ ਜਿਹੜਾ ਮੱਕੀ ਦਾ ਚਾਰ ਆ ਉਹ ਚੀਜ਼ ਹੈ, ਜਿਹੜੀ ਮੱਝ ਹੈ ਨਾ, ਮੱਝ ਤਾਂ ਇਹਦੇ ਨਾਲ ਜਿਵੇਂ ਮੱਕੀ ਦੇ ਚਾਰ ਨਾਲ ਫੈਟ ਫੜ ਜਾਂਦੀ ਯਾਰ ਸਰੀਰ ਦੇ ਵਿੱਚ ਨਾ, ਗੁੱਲੇ ਜੇ ਬਣ ਜਾਂਦੇ ਆ। ਹਾਂਜੀ, ਆ ਬਾਕੀ ਦੇਖ ਲਓ ਆ ਬੱਕਰੀਆਂ ਬੁੱਕਰੀਆਂ ਹੀ ਖਾਈ ਜਾਂਦੀਆਂ ਰਹਿੰਦੀਆਂ। ਅੱਛਾ, ਇੱਧਰ ਇੱਧਰ ਆਪਣਾ ਚਾਰ ਬਰਕਾਈ ਸਾਰ ਕੋਲ ਹੀ ਹੈ, ਬਰਕਾਈ ਦਾ ਨਹੀਂ ਜੀ ਇਹ ਮੱਕੀ ਦਾ। ਅੱਛਾ, ਇੱਧਰ ਬੱਕਰੀਆਂ ਜਿਵੇਂ ਸਾਰੀਆਂ ਫਿਰਦੀਆਂ ਇੱਧਰ ਤੁਰੀਆਂ ਖੁੱਲੀਆਂ ਹਨ, ਤਾਂ
ਅੱਛਾ ਇਹ ਅੱਜ 2 ਕਿੱਲੇ ਬੀਜਣ ਲੱਗਿਆ ਤੂੰ? ਹਾਂ 2 ਕਿੱਲੇ ਬਾਕੀ ਆ, ਬਾਈ ਖੜੇ ਇਹਨਾਂ ਨੂੰ ਵੀ ਮੰਗਵਾ ਕੇ ਦਿੱਤਾ, ਪਿਛਲੇ ਸਾਲ ਬੀਜਿਆ ਸੀਗਾ। ਅੱਛਾ ਹਾਂ ਓਕੇ, ਇਹਨਾਂ ਨੂੰ ਵੀ ਮੰਗਵਾ ਕੇ ਆਪਾਂ, ਇਹ ਕਹਿੰਦੇ ਬਾਈ ਤੂੰ ਹੀ ਮੰਗਵਾ ਕੇ ਦੇ। ਬਾਈ ਇੱਕ ਹੋਰ ਗੱਲਾਂ ਨੇ ਗੱਲਾਂ, ਤਾਂ ਜਦੋਂ ਇਹਦੇ ਉੱਤੇ ਕੀ ਕਹਿੰਦੇ ਦੁੰਬੀ ਜੀ ਕਹਿ ਦਿੰਦੇ ਆਪਾਂ, ਛਿੱਟਾ ਆਉਂਦਾ ਆਪਾਂ ਮੰਨ ਲਾ ਵੀ ਮੱਕੀ ਦਾ ਚਾਰ ਘੋੜਿਆਂ ਨੂੰ ਪਾਉਣੇ ਆ, ਬਾਈ ਘੋੜਿਆਂ ਨੂੰ ਤਾਂ, ਘੋੜਿਆਂ ਨੂੰ ਤਾਂ ਮੱਕੀ ਦਾ ਚਾਰ ਜ਼ਹਿਰ ਆ, ਜ਼ਹਿਰ ਆ ਹਨਾ। ਜਿਹੜਾ ਘੋੜਿਆਂ ਨੂੰ ਹੁਣ ਮੈਂ ਚਰੀ ਦਾ ਚਾਰ ਮੰਨ ਲਓ ਪਾਉਣਾ ਘੋੜੀ ਨੂੰ, ਕੋਈ ਇਹਨਾਂ ਦੇ ਘੋੜਿਆਂ ਦੇ ਵਿੱਚ ਕੋਈ ਮੱਲਾ ਐਕਸਟਰਾ ਫਾਈਟ ਨਹੀਂ ਚੜ੍ਹਦੀ, ਬਾਕੀ ਕੋਈ ਪੋਟਾਂ ਜਿਵੇਂ ਆਪਾਂ ਕਹਿੰਦੇ ਰੇਸ਼ਾ ਭਰ ਗਿਆ ਹੁਣ ਜੋੜਾਂ ਦੇ ਵਿੱਚ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ। ਵੀ ਜਾਨੀ ਕਿ ਬਰਕਾਈ ਸਾਰਗੋ ਚਰੀ ਦੇ ਚਾਰ ਦੇ ਨਾਲ ਕੋਈ ਘੋੜੇ 'ਚ ਪ੍ਰੋਬਲਮ ਹੀ ਨਹੀਂ ਆਉਂਦੀ, ਤੇ ਚਾਰ ਤੁਸੀਂ ਵਧੀਆ ਪਾਉਣੇ ਇਹਨਾਂ ਨੂੰ, ਪੂਰੀ ਯਾਰ ਗਰੰਟੀ ਆ। ਓਕੇ, ਤੇ ਹੋਰ ਵੀ ਕਈ ਭਰਾਵਾਂ ਨੇ ਬੀਜਿਆ ਘੋੜਿਆਂ ਨੇ ਹਨਾ, ਮਗਰਲੀ ਵਾਰ ਵੀ ਬੀਜਿਆ, ਮਤਲਬ ਸਿਰਗਿਆਲ ਤੋਂ ਆਪਣੇ ਦੋਸਤ ਆ ਮੁੰਡਾ ਹਰਵਿੰਦਰ, ਓਕੇ, ਘੋੜੇ ਰੱਖਦਾ, ਉਹਦਾ ਕਾਫੀ ਵੱਡਾ ਫਾਰਮ ਆ। ਹਾਂ, ਇੱਕ ਮੁੰਡਾ ਭਦੌੜ ਤੋਂ ਹੈਗਾ, ਓਕੇ, ਤੇ ਇੱਕ ਮੁੰਡਾ ਇੱਧਰ ਭਗਤਪੁਰੇ ਮੋੜਾਂ ਤੋਂ ਆ, ਜਿਹੜੇ ਮਤਲਬ ਮੇਰੇ ਟੱਚ ਦੇ ਵਿੱਚ ਆ ਘੋੜਿਆਂ ਵਾਲੇ, ਮੈਂ ਪਿਛਲੇ ਸਾਲ ਉਹਨਾਂ ਨੂੰ ਘੋੜਿਆਂ ਕਰਕੇ ਵਜਾਇਆ ਸੀ। ਅੱਛਾ, ਵੀ ਤੁਸੀਂ ਪਾ ਕੇ ਦੇਖੋ ਯਾਰ ਮੇਰੇ ਕਹਿਣ ਤੇ, ਲੇਬਰ ਦੀ ਪ੍ਰੋਬਲਮ ਆਉਂਦੀ ਆ ਘੋੜਿਆਂ ਨੂੰ, ਤੂੜੀ ਤਾੜੀ ਛਾਨਣ ਦੀ ਹੋਰ, ਇੱਧਰ ਉੱਧਰ ਤੁਹਾਨੂੰ ਪਤੀ ਆ ਹਨਾ। ਹਾਂ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਤੁਸੀਂ, ਮੈਂ ਘੋੜਿਆਂ ਨੂੰ ਪਾਇਆ ਪਿਛਲੇ ਸਾਲ, ਕੋਈ ਪ੍ਰੋਬਲਮ ਨਹੀਂ ਆਈ, ਤੁਸੀਂ ਬਰਕਾਈ ਸਾਰਗੋ ਬੀਜੋ। ਹਾਂ, ਵੀ ਪਾ ਕੇ ਦੇਖੋ। ਹਾਂ, ਤੇ ਉਹਨਾਂ ਨੇ ਮੰਨ ਲਓ ਵੀ ਇਹ ਮੈਂ ਕਹਿਣ ਤੇ ਬਜਵਾ ਕੇ ਉਹ ਆਇਆ, ਐਤਕੀ ਵੀ ਹੁਣ ਫੋਨ ਕਰੀ ਜਾਂਦੇ। ਅੱਛਾ, ਵੀ ਮੰਗਵਾਉਣਾ ਹਨਾ, ਵੀ ਕਿਵੇਂ ਆ, ਮੈਂ ਕਿਹਾ ਵੀ ਕੋਈ ਨਹੀਂ ਮੰਗਵਾ ਲੈਂਦੇ ਆ। ਫਿਰ ਇਸ ਹਿਸਾਬ ਨਾਲ ਤਾਂ ਇਹਨੂੰ ਆਪਾਂ ਹੀ ਕਹਿ ਸਕਦੇ ਆ ਵੀ ਘੋੜੇ ਤੇ ਮੱਝਾਂ ਵਾਲੇ ਵਾਸਤੇ ਤਾਂ ਵਰਦਾਨ ਹੀ ਆ ਯਾਰ, ਇਹ ਸੱਚਮੁੱਚ ਹਨਾ, ਸਾਨੂੰ ਤਾਂ ਵੀਰੇ ਵਰਦਾਨ ਹੀ ਆ। ਮੱਝਾਂ ਵਾਲੇ ਤਾਂ ਚੱਲ ਆਪਾਂ ਵੀ ਖੜੇ ਆ ਨਾ ਜੀ, ਭਾਂਦੀ ਤੇਰੇ ਕੋਲੇ 2 ਘੱਟ ਮੱਝਾਂ ਹਨਾ, ਪਰ ਮੱਝਾਂ ਦੇ ਵਿੱਚ ਤੂੰ ਵੀ ਐਂ ਦੱਸਿਆ, ਕਹਿੰਦਾ ਯਾਰ ਪਿੰਦੀ ਨਾ ਇਹਦੀ ਫੈਟ ਵਧੀ, ਨਾਲੇ ਰਹਿਣ 'ਚ ਪ੍ਰੋਬਲਮ ਨਹੀਂ ਆਈ, ਨਾਲੇ ਦੁੱਧ ਜ਼ਿਆਦਾ ਦਿੱਤਾ। ਪਹਿਲਾਂ ਮੈਂ ਨਾ ਵੀਰੇ ਪਿੰਦੀ ਮੱਝਾਂ ਨੂੰ, ਮੰਨ ਲਓ ਮੈਂ 2 ਮੱਝਾਂ ਹੁਣ ਸੇਲ ਕਰਤੀਆਂ, ਪਹਿਲਾਂ ਮੱਝਾਂ ਨੂੰ ਨਿਰਾ ਮੱਕੀ ਦਾ ਚਾਰ ਪੈਂਦਾ ਸੀ, ਮੋਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ। ਓਕੇ, ਜਦੋਂ ਪਸ਼ੂ ਮੋਟਾ ਹੋ ਗਿਆ, ਚਾਹੇ ਬੰਦਾ ਚਾਹੇ ਪਸ਼ੂ ਆ, ਉਹ ਬਿਮਾਰੀਆਂ ਦਾ ਘਰ ਹੀ ਆ। ਬਿਲਕੁਲ, ਰਹਿਣ 'ਚ ਵੀ ਦਿੱਕਤ ਪੈਂਦੀ ਹੈ ਜਦੋਂ ਮੈਂ ਮੋਟੀ ਹੋਏ ਦੇ, ਜ਼ਿਆਦਾ ਚਰਬੀ ਸੂ ਜਾਂਦੀ ਹੈ ਉਹਦੇ ਵਿੱਚ। ਹਾਂ ਹਾਂ, ਤੇ ਐਤਕੀ ਮਤਲਬ ਮੱਝਾਂ ਨੂੰ ਕੋਈ, ਮਤਲਬ ਪਿਛਲੇ ਸਾਲ ਵੀ ਮੱਝਾਂ ਸਹੀ ਸੂਈਆਂ, ਤੇ ਐਤਕੀ ਵੀ ਸਹੀ ਸੂ, ਜਾਨੀ ਕਿ ਇਹ ਮੱਝਾਂ ਤੇ ਘੋੜਿਆਂ ਵਾਲੇ ਵਾਸਤੇ ਤਾਂ ਵਰਦਾਨ ਹੀ ਹੈ। ਪਹਿਲਾਂ ਗਾਂਗਾਂ ਨੂੰ ਛੱਡ ਕੇ ਤਾਂ ਥੋੜੇ ਘੱਟ ਦੁੱਧ ਵਾਲੇ ਤਾਂ ਉਹ ਵੀ ਵਰਤ ਸਕਦੇ ਆ। ਚੱਲ ਆਪਾਂ ਕਹਿੰਦੇ ਨਹੀਂ ਹਨਾ, ਜਿਹੜੀ ਚੀਜ਼ ਆਪਾਂ, ਜਿਹੜੀ ਚੀਜ਼ ਘੱਟ ਹੈ ਹਨਾ ਵੀਰੇ, ਗਾਵਾਂ ਨੂੰ ਜਿਵੇਂ ਆਪਣੀ ਦੇਸੀ ਨਸਲ ਹੋ ਗਈ, ਸਾਹੀਵਾਲ ਕੋਈ ਜਾਂ ਕ੍ਰਾਸ ਗਾਂ ਹੋ ਗਈ, ਉਹ ਗਾਵਾਂ ਨੂੰ ਵੀ ਮਾੜਾ ਨਹੀਂ, ਉਹ 15-17 ਕਿਲੋ ਵਾਲੇ ਤੱਕ ਹੀ। ਹੁਣ ਮੰਨ ਲਓ 40 ਕਿਲੋ ਤੋਂ ਆਪ ਵਾਲੀ ਆ, 40 ਕਿਲੋ ਦੁੱਧ ਤੋਂ ਆਪ ਤੋਂ ਦਿੰਦੀ ਆ, ਉਹਨੂੰ ਤਾਂ ਮੰਨ ਲਓ ਮੱਕੀ ਦੇ ਚਾਰ ਦੀ ਲੋੜ ਹੈਗੀ, ਲੋੜ ਹੈਗੀ ਆ। ਪਰ ਜਿਹੜੀ ਉਸ ਤੋਂ ਘੱਟ ਵਾਲੀ ਆ, 20 ਕਿਲੋ, 15 ਕਿਲੋ ਵਾਲੀਆਂ, 25 ਕਿਲੋ ਤੱਕ ਗਾਵਾਂ ਨੂੰ ਪੂਰਾ ਸਫੀਸ਼ੈਂਟ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ। ਇਹ ਆਪਣਾ ਪੂਰਾ ਵਾਅਦਾ ਗਰੰਟੀ ਨਾਲ, ਗਰੰਟੀ ਨਾਲ ਇੱਕ ਕਿਸਾਨ ਹੋਣ ਦੇ ਨਾਤੇ ਲਾ ਲਓ, ਤੇ ਆਪਣੇ ਬਾਈ ਵਰਗਣੇ ਵੀ ਲਾਏ ਸੀ, ਬਾਈ ਵਰਗੇ ਆਪਣੇ, ਉਹ ਬਾਈ ਕੀ ਹਾਲ ਆ ਜੀ, ਦੋਸਤ ਆਪਣਾ ਉਹ ਵੀ, ਤੇ ਆਜੋ ਵੀਰੇ ਕੀ ਹਾਲ ਆ, ਕਹਿਵਾਂ ਸੇ ਤਾਂ ਵਧੀਆ, ਤਾਂ ਤੁਸੀਂ ਵੀ ਬੀਜਿਆ ਸੀ ਮਗਰਲੀ ਵਾਰ? ਹਾਂਜੀ ਹਾਂਜੀ। ਤੇ ਕਿਵੇਂ ਆਇਆ ਨਜ਼ਾਰਾ, ਤੇ ਕੀ ਲੱਗਿਆ ਤੁਹਾਨੂੰ ਇਹ ਚਾਰ ਦੇ ਨਾਲ ਵੀ ਜਮਾ ਪ੍ਰੋਸੈਸ ਵੀ ਸ਼ੁਰੂ ਤੋਂ ਹੀ? ਚਰੀਆ ਚਾਰ ਦਾ ਰਿਜ਼ਲਟ ਵਧੀਆ ਆਇਆ ਜੀ, ਰਿਜ਼ਲਟ ਵਧੀਆ। ਮੱਝਾਂ ਦਾ ਫਾਰਮ ਆ, ਜਿਵੇਂ ਮੱਕੀ ਦੇ ਚਾਰ ਨਾਲ ਰਿਪੀਟਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ, ਇਹਨਾਂ ਰਿਪੀਟਿੰਗ ਦੀ ਪ੍ਰੋਬਲਮ ਮੁੱਕ ਜਾਂਦੀ ਆ, ਹਾਂ, ਤੇ ਉੱਲੀ ਨਹੀਂ ਆਉਂਦੀ ਇਹਦੇ ਵਿੱਚ, ਉੱਲੀ ਨਹੀਂ ਆਉਂਦੀ ਨਾ ਹੀ ਚਾਰ ਦੇ ਉੱਤੇ ਲੱਗਦੀ, ਜਿਵੇਂ ਖੁੱਲ੍ਹਾ ਛੱਡਦਾ 2-4 ਦਿਨ ਫਿਰ ਵੀ ਨਹੀਂ ਉੱਲੀ ਪੈਂਦੀ ਹਨਾ। ਬਿਲਕੁਲ, ਇਹ ਵੀ ਚੀਜ਼ ਮੈਂ ਨੋਟ ਕੀਤੀ ਆ ਵੀ ਉੱਲੀ ਵੀ ਨਹੀਂ ਆਉਂਦੀ, ਫੈਟ ਆ ਜਾਂਦੀ ਤਾਂ ਵੀ ਪਸ਼ੂ ਮਤਲਬ ਮਿਲਕਿੰਗ ਪੀਰੀਅਡ ਵੀ ਨਹੀਂ ਵਧੀਆ ਰਹਿੰਦਾ ਹੈਗਾ। ਓਕੇ ਓਕੇ, ਹਾਂ ਬਿਲਕੁਲ, ਇਹ ਵੀ ਅੱਜ ਨਾ ਸਪੈਸ਼ਲ ਬਾਈ ਐਂ ਬਣਾਈ ਹੈ, ਇੱਥੇ ਵੀ ਅੱਜ ਗੱਲਾਂ ਚੱਲੀ ਜਾਂਦੀਆਂ ਸੀ ਵੀ ਤੇਰਾ ਕਿਵੇਂ ਰਿਜ਼ਲਟ ਹੈ, ਕਿਉਂਕਿ ਬੀਜਣ ਵਾਲਾ ਰਿਜ਼ਲਟ ਪੁੱਛਦੇ ਹੀ ਹੈ। ਮੁੰਡੇ ਦਾ ਤਕਰੀਬਨ ਹੈਗਾ ਜੀ 40-45 ਮਹੀਸਾਂ ਦਾ ਫਾਰਮ ਹੈ ਇਹਦਾ। ਓਕੇ, ਆਪਣੇ ਪਿੰਡ 'ਚ ਹੀ ਆ, ਮੰਨ ਲਓ ਆਪਣੇ ਬਹੁਤ ਵਧੀਆ ਦੋਸਤ ਹੈ। ਠੀਕ ਹੈ ਜੀ, ਇਹਨਾਂ ਨੇ ਪਿਛਲੀ ਵਾਰ ਡਰਦਿਆਂ ਨੇ ਬੀਜੀ ਸੀ, ਹਾਂ, ਵੀ ਮੱਕੀ ਨਾਲੋਂ ਇਹਦਾ ਝਾੜ ਨਾ ਘੱਟ ਹੋਵੇ ਜਾਂ ਮੱਕੀ ਮੰਨ ਲਓ ਵੀ ਝਾੜ ਦਾ ਕੋਈ ਵਜਨ ਦਾ ਫਰਕ ਲੱਗਿਆ ਸਾਨੂੰ ਵੀ ਵੱਧਦਾ ਝਾੜ,
ਚਲੀਏ ਚਾਰ ਕਰੇ ਨੂੰ ਵੀ ਚਲੀ ਜਾਏ ਦਿਖਾਈਏ ਕਿਹੜੇ ਪਾਸੇ ਚਾਰ ਆਪਣਾ ਬਾਹਰਲੀ ਸਾਈਡ ਦੇਖੋ ਜੀ ਤੇ ਬਾਈ ਦੀਆਂ ਘਰ ਦੀ ਸਾਂਝ ਬੜੀਆਂ ਸੋਹਣੀ ਲੱਗਦੀਆਂ ਆ ਭੱਜੀਆਂ ਫਿਰਦੀਆਂ ਬਰਬਰੀ ਇਹ ਬਾਈ ਇੰਨਾ ਜੀ ਪਿਓਰ ਦੇ ਵਿੱਚ ਹੈ ਨਾ ਕਿਉਂਕਿ ਤੂੰ ਤਾਂ ਮੇਲਾ ਮੂਲਿਆ ਦਾ ਵੀ ਜਾਂਦਾ ਰਹਿੰਦਾ ਜਿਹੜੀ ਬਰੀਡ ਹੈ ਪਿਓਰ ਦੇ ਵਿੱਚ ਆ ਜਾਂਦੀ ਹੈ ਰੌਣਕ ਯਾਰ ਇਹ ਵੀ ਜਦੋਂ ਵੜਦੇ ਆ ਅੰਦਰ ਆਦੇ ਤਾਂ ਇੱਥੇ ਵੀ ਜਦੋਂ ਮੈਂ ਆਇਆ ਆਦੇ ਸਾਰੇ ਆਈ ਫਿਰਦੇ ਸੀਗੇ ਬਿਲਕੁਲ ਬਿਲਕੁਲ ਬਾਕੀ ਤੇਰੇ ਦਾ ਨਾਨਕੇ ਆਪਦਾ ਘਰ ਬਿਲਕੁਲ ਬਿਲਕੁਲ ਬਾਈ ਤਾਂ ਇੱਥੇ ਤਾਂ ਪਲੇ ਆ ਆਹੀ ਘਰਾਂ ਦੇ ਵਿੱਚ ਬਾਈ ਬਹੁਤ ਐਸੀ ਕਹਿਣ ਦਾ ਭਾਵ ਸੱਚੀ ਮੱਚੀ ਮੇਰੇ ਡੈਡੀ ਦੇ ਨਾਨਕੇ ਇੱਥੇ ਆਪਦੇ ਨਾਨਕੇ ਅਸੀਂ ਘੱਟ ਜਾਂਦੇ ਸੀ ਪਰ ਇੱਥੇ ਇੰਨਾ ਕੁ ਮੂੰਹ ਸੀਗਾ ਹੁਣ ਸਾਲੇ ਕੰਮ ਧੰਦੇ ਏਦਾਂ ਦੇ ਹੋ ਗਏ ਹਨਾ ਹਰਾ ਮੰਨ ਲਓ ਮੈਂ ਇੰਨੇ ਕੀ ਬੀਜਾ ਮੇਰਾ ਤੇ ਅੱਛਾ ਠੀਕ ਹੈ ਇੰਨੇ ਹਰਾ ਇਹ ਵੀ ਕੋਈ ਪਸ਼ੂ ਮੰਨ ਲਓ ਨਵਾਂ ਲਿਆਉਣੇ ਆਪਾਂ ਹਾਂ ਬਸ ਉਹਨੂੰ ਪਾਉਣ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਕਈ ਵਾਰੀ ਅਗਲੇ ਦਾ ਕੀ ਪਤਾ ਕਿਵੇਂ ਲਾਇਆ ਹੋ ਓਕੇ ਉਹ ਲੈ ਕੇ ਆਈ ਪੱਟਣ ਵਾਲਾ ਹਾਂ ਹਾਂ ਲਿਆ ਬੱਜ ਕੇ ਆਹ ਦੇਖੋ ਬਾਈ ਠੀਕ ਬਾਈ ਇਸ ਪੈਸੇ ਮੱਝਾਂ ਨੂੰ ਆਪਾਂ ਬੀਜਿਆ ਸੀਗਾ ਲਓ ਬਹੁਤ ਵਧੀਆ ਸੁੱਕਾ ਰਹਿੰਦਾ ਬਾਕੀ ਤੇ ਹੱਥ 'ਚ ਫੜ ਕੇ ਦੇਖਿਆ ਨਹੀਂ ਪਾਣੀ ਜਾਂ ਛੱਡੀ ਜਾਊ ਦੇਖੋ ਜੀ ਪੂਰੀ ਵਧੀਆ ਦੇਖੋ ਚਰੀ ਦਾ ਦਾਣੀ ਦਾਣਾ ਬਾਈ ਸਾਰੇ ਦੇਖੋ ਦਾਣੀ ਦਾਣਾ ਇਹਦੇ 'ਚ ਦੇਖੋ ਬਾਈ ਬਹੁਤ ਸੋਹਣਾ ਚਾਰ ਪਿਆ ਵਾ ਦੇਖ ਦਾਣਾ ਵਿੱਚ ਬਸ ਇਹਦੀ ਬਸ ਇੱਕ ਚੀਜ਼ ਹੀ ਆ ਬਸ ਥੋੜ੍ਹੀ ਜਿਹੀ ਚਰੀ ਦੀ ਲਤੜਾਈ ਵੱਧ ਕਰੇ ਜਿਵੇਂ ਮਾੜੀ ਜਿਹੀ ਪਾਣੀ ਦੀ ਨਾ ਮਾਤਰਾ ਵੱਧ ਕਹਿ ਦਿੰਦੇ ਆ ਵੀ ਚੰਗੀ ਲਤੜਾਈ ਕਰਕੇ ਛੱਡ ਦੇ ਨਹੀਂ ਜੀ ਉਹ ਵੀ ਜਿਵੇਂ ਆਪਾਂ ਵਿੱਚ ਲੋਕਾਂ ਨੂੰ ਵਹਿਮ ਹੁੰਦਾ ਵੀ ਪਾਣੀ ਵਾਲਾ ਦੇ ਲਓ ਤੁਸੀਂ ਹੱਥ ਦੇ ਵਿੱਚ ਫੜ ਕੇ ਲਓ ਬਿਲਕੁਲ ਬਿਲਕੁਲ ਸੁੱਕਾ ਪਿਆ ਕੋਈ ਪ੍ਰੋਬਲਮ ਨਹੀਂ ਜਮਾ ਸੁੱਕਾ ਥੋੜਾ ਵੱਡਣ ਕੱਟਣ ਦੇ ਵਿੱਚ ਹੀ ਨਾ ਕਈ ਬੰਦੇ ਥੋੜੀ ਗਲਤੀ ਕਰ ਜਾਂਦੇ ਕੱਟਣ ਦੇ ਵਿੱਚ ਇਹਦਾ ਜ਼ਿਆਦਾਤਰ ਕੱਟਣ ਦਾ ਸਮਾਂ ਜਿਹੜਾ 85 ਤੋਂ 90 ਦਿਨ ਦਾ ਅੱਛਾ ਕੱਟਣ ਦਾ ਸਮਾਂ 85 ਤੋਂ 90 ਦਿਨ ਦਾ ਤੇ ਜਿਹੜੇ ਆਪਾਂ ਥੋੜੀ ਜਿਹੀ ਕੱਚੀ ਕੱਟਦੇ ਆ ਉਹ ਵੀ ਕੰਮ ਗਲਤ ਹੋ ਜਾਂਦਾ ਪਾਣੀ ਵੱਧ ਹੁੰਦਾ ਜੀ ਪਾਣੀ ਵੱਧ ਹੁੰਦਾ ਬਾਕੀ ਕਾਰਨ ਕੀ ਹੈ ਜੀ ਮਲੂਲੀ ਇਹਨੂੰ ਉਹਦੀ ਪੈਂਦੀ ਜਦੋਂ ਪਾਣੀ ਜ਼ਿਆਦਾ ਵਿੱਚ ਰਹਿ ਜਾਂਦਾ ਵਿੱਚ ਲੋਕ ਕੀ ਕਰਦੇ ਆ ਯਾਰ ਝੋਨਾ ਲਾ ਦੇ ਕੇ ਛੇਤੀ ਬਸ ਵੱਢ ਦੇ ਕੇ ਫਾਹਾ ਮੰਨ ਲਓ ਵੀ ਜਿਵੇਂ ਹੁਣ ਅਗਲੇ ਦਾ ਬੀਜਿਆ ਵਾ ਕੋਈ ਆਲੂ ਵਾਲੀ ਮੱਕੀ ਬੀਜੀ ਆ ਜਾਂ ਮੱਲਾ ਬੀਜੀ ਹੈਗੀ ਕਣਕ ਵਾਲੇ 'ਚ ਮੱਕੀ ਬੀਜੀ ਆ ਜਦੋਂ ਮੱਕੀ ਵੱਢਣੀ ਆ ਉਦੋਂ ਅਗਲਾ ਕਹਿੰਦਾ ਨਾਲ ਹੀ ਵੱਢ ਦਿਓ ਯਾਰ ਵੱਢ ਦਿਓ ਯਾਰ ਹਾਂ ਨਵੇੜੋ ਬਾਰੇ ਬਾਕੀ ਇਹਨੂੰ ਹੋਰ ਆ ਗੱਲ ਬਾਈ ਪਿੰਦੀ ਪਾਣੀ ਵੀ ਘੱਟ ਲਾਉਣ ਦੀ ਲੋੜ ਆ ਹਾਂ ਬਾਈ ਰੇਤ ਘੱਟ ਲੈਂਦੀ ਆ ਤਾਂ ਦੇਖ ਲਿਆਂਗੇ ਝੋਨਾ ਲਾਉਣ ਲੱਗ ਜਾਂਦੇ ਮੱਕੀ ਬੀਜੀ ਹੁੰਦੀ ਆ ਉਦੋਂ ਜੇ ਮੱਕੀ ਨੂੰ ਪਾਣੀ ਲੇਟ ਹੋ ਜੇ ਤਾਂ ਉਹ ਮੰਨ ਕੇ ਚੱਲ ਪ੍ਰੋਬਲਮ ਖੜੀ ਹੋ ਜਾਂਦੀ ਆ ਬਿਲਕੁਲ ਬਾਈ ਪਰ ਇਹਨੂੰ ਨਹੀਂ ਇਹ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਕੋਈ ਵੀ ਕੋਈ ਗੱਲਬਾਤ ਨਹੀਂ ਅੱਜ ਤੁਹਾਨੂੰ ਪੱਟ ਕੇ ਦਿਖਾਤਾ ਬਾਈ ਇੱਕ ਚੀਜ਼ ਮੈਂ ਹੋਰ ਵੀ ਨੋਟ ਕੀਤੀ ਆ ਮਤਲਬ ਜਿਵੇਂ ਮੇਰੇ ਚਾਰ ਨਾਲ ਹੈ ਨਾ ਇੱਥੇ ਪਾਣੀ ਵੱਧ ਸੀਗਾ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਪਾਣੀ ਪੂਣੀ ਫੇਰ ਪੈ ਗਿਆ ਸੀ ਮੀਂਹ ਹਨਾ ਤਾਂ ਨਾਲੇ ਉਹਦੇ ਉੱਤੇ ਉੱਲੀ ਜਿੱਥੇ ਦਾ ਲਫਾਫਾ ਪਾਟ ਗਿਆ ਮਤਲਬ ਜਿਵੇਂ ਐਂ ਪਾਉਣ ਦੇ ਤੋਂ ਪਹਿਲਾਂ ਕੁੱਤੇ ਕੁੱਤੇ ਕੋਈ ਭੱਜ ਕੇ ਨੰਗੇ ਤਾਂ ਆਪਾਂ ਮਿੱਟੀ ਪਾ ਦਿੰਦੇ ਉੱਥੇ ਦਾ ਪਾਣੀ ਸਿਮਦਾ ਉੱਥੇ ਉੱਲੀ ਉਹ ਉੱਲੀ ਨਹੀਂ ਇੱਕ ਹੋਰ ਚੀਜ਼ ਦੇਖੀ ਆ ਜਿਵੇਂ ਬਈ ਇਹ ਮੰਨ ਲਾ ਇਧਰੋਂ ਦੋ ਤਿੰਨ ਦਿਨ ਪੱਟ ਕੇ ਲੈ ਗਏ ਇੱਥੇ ਚੱਕ ਕੇ ਦੇਖੋ ਤੁਸੀਂ ਆਦੇ ਹਾਂ ਜਮਾ ਉਹ ਵੀ ਪਈ ਆ ਬਈ ਉੱਲੀ ਆ ਜਾਂਦੀ ਆ ਤੁਹਾਨੂੰ ਮੈਂ ਮੱਕੀ ਵੀ ਦਿਖਾਉਂਗਾ ਆ ਦੇਖੋ ਐ ਪਿਆ ਸੁੱਕਾ ਦੇਖੋ ਐ ਪਿਆ ਹਾਂ ਆ ਇਧਰੋਂ ਚੱਕ ਕੇ ਦੇਖ ਲਓ ਤੁਸੀਂ ਜਮਾ ਸੁੱਕਾ ਹਾਂ ਸਾਰੇ ਪਾਸੇ ਨਹੀਂ ਨਾ ਜੀ ਉਹ ਦੂਜੀ ਗੱਲਾਂ ਇਹ ਪੌਦਾ ਜੀ ਵੀ ਤੁਸੀਂ ਕਿਤੇ ਦੇਖਿਆ ਅਜਮਾ ਕੇ ਜੇ ਆਪਾਂ ਮੱਕੀ ਨੂੰ ਇਧਰੋਂ ਦੋ ਦਿਨ ਪੱਟ ਕੇ ਲਿਆ ਜਾਈਏ ਉਧਰੋਂ ਦੋ ਦਿਨ ਨਾਲ ਪੱਟ ਕੇ ਉੱਲੀ ਪੈ ਜਾਂਦੀ ਹੈ ਇਹਦੇ ਉੱਤੇ ਉੱਲੀ ਨਹੀਂ ਪੈਂਦੀ ਬਾਈ ਪਾਉਂਦੀ ਤਿੰਨ ਦਿਨ ਰੱਖੀ ਰੱਖੋ ਐ ਬਾਡਾ ਹਨਾ ਇਹ ਆਪਣੇ ਨਾ ਲੇਬਰ ਵਾਲੇ ਜ਼ਿਆਦਾਤਰ ਜੀ ਖੱਡਾਂ ਜੀਆਂ ਪਾ ਦਿੰਦੇ ਆ ਹਾਂ ਪੱਟਣ 'ਚ ਸਹੀ ਨਹੀਂ ਪੜਦੇ ਆਮ ਹੀ ਫਾਰਮਰਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਵੀ ਉਹ ਕੀ ਕਰਦੇ ਆ ਲੇਬਰ ਵਾਲਿਆਂ ਨੂੰ ਕਿੰਨਾ ਕਹੀ ਚਲੋ ਸਿੱਧਾ ਨਹੀਂ ਆ ਦੇਖ ਲਓ ਤੁਸੀਂ ਆਓ ਇੱਕ ਪਾਸੇ ਨਹੀਂ ਜਾਈ ਨਾ ਨਾ ਕਿਤੇ ਨਹੀਂ ਪੱਟਿਆ ਪਰ ਤੁਹਾਨੂੰ ਉੱਲੀ ਦਿਖਾਓ ਉੱਲੀ ਨਹੀਂ ਹਾਂ ਕਿਤੇ ਵੀ ਹੈ ਨਹੀਂ ਉੱਲੀ ਉੱਪਰ ਵੀ ਹੈ ਨਹੀਂ ਉੱਪਰ ਵੀ ਹੈ ਨਹੀਂ ਉੱਲੀ ਮੰਨ ਲਓ ਕਿਤੇ ਵੀ ਮੰਨ ਲਓ ਆ ਦੇਖ ਲਓ ਉੱਲੀ ਕਿਤੇ ਵੀ ਦਿਖਾਓ ਲੈ ਸੁੱਕਾ ਪਿਆ ਬਿਲਕੁਲ ਜੀ ਇਹ ਬਰਕਾਈ ਸਾਰਗੋ ਦਾ ਤੁਹਾਨੂੰ ਰਿਜ਼ਲਟ ਦਿਖਾਇਆ ਜੀ
ਅੱਜ ਕਿਉਂਕਿ ਜਿਹੜਾ ਸੀਗਾ ਜਿਹੜਾ ਬੀਜ ਸੀਗਾ ਮੇਰੇ ਕੋਲ ਵੀ ਪਹੁੰਚਣਾ ਸੀਗਾ, ਅੱਜ ਡਾਕਟਰ ਕੋਲ ਵੀ ਪਹੁੰਚਣਾ ਸੀ ਅਤੇ ਨਾਲ ਜਿਹੜੇ ਭਰਾ ਸੀਗੇ ਇਕੱਠੇ ਬੀਜਦੇ ਆ, ਚਲੋ ਹੁੰਦੇ ਹੀ ਆ ਇਕੱਠੇ ਹੀ ਖੇਤੀ ਕਰਨੀ, ਜਾਣੀ ਕਿ ਵੀ ਇਕੱਠਿਆਂ ਨੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਆਪਣਾ ਉਹ ਜਵਾਨ ਉੱਧਰ ਖੜਾ 40-45 ਮੱਝਾਂ ਉਹਦੇ ਕੋਲ ਰੱਖੀਆਂ, ਬਹੁਤ ਸੋਹਣਾ ਫਾਰਮ ਹੈ, ਕਿਤੇ ਮੁੰਡੇ ਦੇ ਨਾਲ ਸਪੈਸ਼ਲ ਤੁਹਾਨੂੰ ਇੰਟਰਵਿਊ ਕਰਵਾਵਾਂਗੇ ਤਾਂ ਕਿਤੇ ਤੁਹਾਨੂੰ ਸੰਡੇ ਵਾਲੇ ਦਿਨ ਇਹਨੂੰ ਮਿਲਾਵਾਂਗੇ, ਇਹ ਮੁੰਡਾ ਇਹਨੇ ਡਰ ਕੇ ਬੀਜਿਆ ਪਿਛਲੀ ਤਾਂ ਨਾਲੇ ਇਹਦੇ ਨਾਲ ਵੀ ਉਹਦੇ ਫਿਰ ਤੁਹਾਨੂੰ ਗੱਲਾਂ ਕਰਾਵਾਂਗੇ ਬਰਕਾਈ ਸਾਰ ਕੋਲ ਤੋਂ ਵੀ, ਅਤੇ ਪਰ ਇਹਦਾ ਫਾਰਮ ਦਿਖਾਉਣਾ, ਹੁਣ ਅਸੀਂ ਇਸੇ ਫਾਰਮ ਦੇ ਬੇਸ 'ਤੇ ਆਏ ਸੀਗੇ ਕਿਉਂਕਿ ਇਹਦੇ ਤਾਂ ਕਿ ਵੀ ਥੋੜ੍ਹਾ ਜਿਹਾ ਸਾਨੂੰ ਕੰਮ ਸੀਗਾ ਤਾਂ ਹੋਰ ਅਸੀਂ ਇੱਧਰ ਆਉਂਦੇ ਸੀਗੇ ਇੱਧਰ। ਇਹ ਬਾਈ ਇਹਨਾਂ ਕੋਲ ਵੀ 20 ਡੰਗਰਾਂ ਤੋਂ ਆਪਾਂ ਡੰਗਰ। ਅੱਛਾ ਅੱਛਾ। ਇਹਨਾਂ ਨੇ ਵੀ ਮਤਲਬ ਪਿਛਲੀ ਵਾਰ ਮੇਰੇ ਕਹਿਣ 'ਤੇ ਕਿੱਲੇ ਬੀਜਿਆ ਅਤੇ ਐਤਕੀ ਇਹਨਾਂ ਨੇ 3 ਕਿੱਲਿਆਂ ਦਾ 4 ਮੰਗਵਾਇਆ। ਚਾਰ ਤੋਂ ਡਰਦੇ ਜਾਂ ਕੁਛ ਵੀ ਮਰਜ਼ੀ ਇਹਦੀ ਇੱਕ ਦਿਨ ਨਾ ਮੈਂ ਵੈਸੇ ਜਿਵੇਂ ਆਪਾਂ ਰਿਕਾਰਡਿੰਗਾਂ ਹੁੰਦੀਆਂ ਇਹ ਉਦੇ ਕਰੀ ਜਾਂਦਾ ਸੀ ਵੀ ਭਾਈ ਘੋੜਿਆਂ ਨੂੰ ਅੱਜ ਮੈਂ ਪਾਇਆ ਵੀ ਮੇਰੀ ਗਰੰਟੀ ਆ, ਨਾ ਕੋਈ ਬੈ ਨਾ ਬਾਦੀ ਨਾ ਕੋਈ ਜੋੜ ਸੁੱਜ ਨਾ ਕੁਛ ਵੀ ਆ ਵੀ ਅਸੀਂ ਕਈ ਘੋੜਿਆਂ ਨੇ ਵਰਤ ਲਿਆ ਹਨਾ, ਫਿਰ ਉਸ ਹਿਸਾਬ ਦੇ ਨਾਲ ਯਾਰ ਇੱਕ ਤਰ੍ਹਾਂ ਘੋੜਿਆਂ ਨੂੰ ਵੀ ਵਰਦਾਨੀ ਹੈ। ਮੇਰੀ ਗੱਲ ਸੁਣੋ, ਦੇਖੋ ਆਪਾਂ ਨੂੰ ਹਨਾ ਕੋਈ ਲਾਲਚ ਨਹੀਂ, ਨਾ ਹੀ ਆਪਾਂ ਮਤਲਬ ਕਿਸੇ ਕੰਪਨੀ ਦਾ ਆਪਾਂ ਨੂੰ ਹੈਗਾ ਵੀ ਆਪਾਂ ਕਿਸੇ ਦੀ ਬਿਲਕੁਲ ਆਪਾਂ ਤਾਂ ਜ਼ਿਮੀਂਦਾਰ ਹੀ ਆ, ਵਰਤਣੀ ਹੈ ਚੀਜ਼ ਹਾਂਜੀ ਬਈ ਆਪਾਂ ਵੀ ਆਪਾਂ ਨੂੰ ਕੋਈ ਗਲਤ ਰਾਏ ਨਹੀਂ ਆਪਾਂ ਕਿਸੇ ਨੂੰ ਦਿੰਦੇ ਹਨਾ, ਜੇ ਕੋਈ ਅਗਲੇ ਦਾ ਕੋਈ ਮਹਿੰਗੇ ਹੁੰਦੇ ਘੋੜੇ ਮੱਝਾਂ ਵੀ ਤੁਹਾਨੂੰ ਪਤਾ ਅੱਜ ਨੋਰਮਲ ਤੋਂ ਨੋਰਮਲ ਮੱਝ 2-2.5 ਲੱਖ ਰੁਪਏ ਦੀ ਆ ਜੇ ਵਧੀਆ ਦੁੱਧ ਵਾਲੀ ਲੈਂਦੇ ਹਾਂ, ਆਪਾਂ ਨੂੰ ਯਾਰ ਨੁਕਸਾਨ ਕਰਾ ਕੇ ਕਿਸੇ ਦਾ ਕੀ ਮਿਲ ਜੂ, ਕੀ ਮਿਲ ਜੂ ਬਿਲਕੁਲ, ਜਿਹੜੀ ਚੀਜ਼ ਚੰਗੀ ਹੈ ਤਾਂ ਉਹਨੂੰ ਚੰਗੀ ਕਹਿ ਜੂ, ਚੰਗੀ ਕਹਿ ਜੂ, ਹਾਂ ਮਾੜੀ ਨੂੰ ਮਾੜਾ, ਮਾੜੀ ਨੂੰ ਮਾੜਾ ਕਹਿ ਜੂ, ਆਪਾਂ ਐਵੇਂ ਫਾਲਤੂ ਕਿਸੇ ਨੂੰ ਕਹਿ ਦਈਏ ਅਗਲੇ ਦਾ ਨੁਕਸਾਨ ਹੋ ਜੇ, ਕੋਈ ਘੋੜੇ ਮਹਿੰਗੇ ਹੁੰਦੇ ਆ ਘੋੜੇ ਦਾ ਕਿਸੇ ਦਾ ਨੁਕਸਾਨ ਅਗਲਾ ਕਹਿੰਦਾ ਯਾਰ ਉਹ ਬਾਈ ਨੇ ਕਿਹਾ ਸੀ, ਉਹ ਗਾਲਾਂ ਨੂੰ ਥਾਂ ਹੋ ਜਾਂਦਾ। ਬਿਲਕੁਲ ਬਿਲਕੁਲ, ਮੈਨੂੰ ਵੀਰੇ ਉਹੀ ਜਾਣੀ ਕਿ ਵੀ ਸਾਡੇ ਆ ਕੇ ਤੁਸੀਂ ਡਾਕਟਰ ਦੇ ਸਹਿਣੇ ਤੋਂ ਚੁੰਗਾਂ ਵਾਲੇ ਰਾਹ ਦੇ ਉੱਤੇ ਕੋਠੀ ਹੈ ਜੀ, ਤਾਂ ਤੁਸੀਂ ਦੇਖ ਲਓ ਜਦੋਂ ਜਾਵੋਗੇ ਤੁਹਾਨੂੰ ਇੱਥੋਂ ਪਤਾ ਲੱਗ ਜੂ, ਤਾਂ ਜਿਹਨੂੰ ਨਿੱਜੀ ਡਾਕਟਰ ਮਰਜ਼ੀ ਪੁੱਛ ਲਓ ਤੁਹਾਨੂੰ ਪਹਿਲਾਂ ਹੀ ਦੱਸ ਦੂ ਬੰਦਾ, ਅਤੇ ਚੁੰਗਾਂ ਵਾਲੀ ਸੜਕ 'ਤੇ ਤੁਸੀਂ ਆ ਕੇ ਜਦੋਂ ਮਰਜ਼ੀ ਕੱਖ ਪਾਉਂਦਾ ਹੋਇਆ ਤੁਸੀਂ ਟੋਕਰੀ ਪੱਟ ਕੇ ਆਪ ਘੋੜਿਆਂ ਨੂੰ ਪਾ ਕੇ ਦੇਖ ਲਿਓ ਤਾਂ ਤੁਹਾਨੂੰ ਆਪ ਪਤਾ ਲੱਗ ਜੂ ਵੀ ਹਾਂ ਯਾਰ 2 ਦਿਨ ਮੈਂ ਪਾਇਆ ਹੈ ਹਨਾ, ਤਾਂ ਜਾਣੀ ਕਿ ਵੀ ਇੰਨੀ ਤਸੱਲੀ ਹੈ, ਜਾਣੀ ਕਿ ਵੀ ਜਿਵੇਂ ਇਹਦੇ ਘੋੜਿਆਂ ਨੂੰ ਆਪ ਨੂੰ ਪਾਉਂਦਾ ਇਹ ਰੱਖਦਾ, 2-4 ਘੋੜੇ 5-4 ਹੁੰਦੀਆਂ ਮੇਲੇ ਵੇਲੇ ਵੱਧ ਵੀ ਜਾਂਦੀਆਂ ਇਹਦੇ ਕੋਲੇ, ਠੀਕ ਆ ਪਹਿਲਾਂ ਇਹ ਵਪਾਰ ਦਾ ਵੀ ਕੰਮ ਕਰਦੇ ਰਹਿੰਦੇ ਆ ਘੋੜੀਆਂ ਦਾ ਮਾੜਾ ਮੋਟਾ, ਇੱਕ ਅੱਧੀ ਲੈਲੀ ਦੇ ਲਈ ਪਸ਼ੂਆਂ 'ਚ ਵੀ ਐਂ ਕਰਦੇ ਰਹਿੰਦੇ ਆ ਪਹਿਲਾਂ ਤੋਂ ਹਨਾ, ਤਾਂ ਸਾਰੇ ਕੰਮ ਕਰਦੇ ਰਹਿੰਦੇ ਆ ਅਤੇ ਤਾਂ ਹੀ ਕਹਿੰਦੇ ਹੁੰਦੇ ਤਰੱਕੀ ਬੰਦਾ ਕਰਦਾ, ਅਤੇ ਧੰਨਵਾਦ ਡਾਕਟਰ ਸਾਹਿਬ ਜਿਹੜਾ ਅੱਜ ਟਾਈਮ ਕੱਢਿਆ ਬਾਈ, ਠੀਕ ਆ ਜੀ, ਚੰਗਾ ਜੀ ਬਾਈ, ਓਕੇ ਜੀ, ਸਤਿ ਸ਼੍ਰੀ ਅਕਾਲ। ਇੱਕ ਡਾਕਟਰ ਸਾਹਿਬ ਤੁਸੀਂ ਮਾੜਾ ਜਿਹਾ ਆਪਣਾ ਐਡਰੈਸ ਵੀ ਦੱਸੋ ਜੀ। ਮੇਰਾ ਐਡਰੈਸ ਹੈਗਾ ਜੀ, ਜਦੋਂ ਆਪਾਂ ਸਹਿਣੇ ਤੋਂ ਚੁੰਗਾ ਰੋਡ ਨਿਕਲਦੇ ਹਾਂ, ਹਾਂਜੀ, ਚੁੰਗਾ ਰੋਡ ਨਿਕਲਣ ਸਾਰ ਹੀ ਆਪਣੀ ਮੰਨ ਲਓ ਰੋਡ ਦੇ ਉੱਪਰੀ ਕੋਠੀ ਹੈ, ਬਾਹਰ 'ਚ ਆਪਣਾ ਚਾਰ ਪਾਇਆ ਬਰਕਾਈ ਸਾਰਗੋ ਦਾ, ਹਾਂਜੀ, ਕਿਸੇ ਬੰਦੇ ਨੇ ਪੈਸੇ ਵੀ ਕੋਈ ਲੰਘਦੇ ਡੱਬਦੇ ਨੇ ਦੇਖਣਾ, ਟਰਾਈ ਮਾਰਨੇ ਤਾਂ ਜਦੋਂ ਵੀ ਮਰਜ਼ੀ ਮਾਰ ਸਕਦਾ। ਸਰਵਿਸ ਪ੍ਰਾਈਵੇਟ ਕਰਦੇ ਪਿੰਡ 'ਚ? ਹਾਂਜੀ, ਪ੍ਰਾਈਵੇਟ ਸਰਵਿਸ ਕਰਦਾ ਮੈਂ ਵੈਟਨਰੀ ਦੀ, ਹਾਂਜੀ, ਤੇ ਮੇਰਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ, ਹਾਂਜੀ, ਉਹ ਵੀ ਦੱਸ ਦਿਓ, 99157 ਜੀ 57-760 ਜੀ 57-760, ਹਾਂਜੀ, ਤੇ ਇਹ ਬਾਈ ਦਾ ਨਾਜੀ ਦਾ ਨੰਬਰ ਹੈ ਜੀ, ਪੁੱਛਣਾ ਤਾਂ ਕਦੋਂ ਮਰਜ਼ੀ ਮੈਥੋਂ ਕੋਈ ਪੁੱਛ ਸਕਦਾ, ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਡਾਕਟਰ ਸਾਹਿਬ ਨਾਲ ਕਨੈਕਟ ਕਰ ਸਕਦੇ ਹੋ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਓਕੇ।